ਮੇਰੀਆਂ ਭੈਣਾਂ ਨੇ ਲੰਗਰ ਛਕ ਕੇ ਅਤੇ ਕਿਸੇ ਨੇ ਛਕਾ ਕੇ ਬਹੁਤ ਬਹੁਤ ਸਾਰਿਆਂ ਨੇ ਹਾਜ਼ਰੀ ਲਵਾਈ ਆ। ਸਾਨੂੰ ਵੀ ਸਾਡੇ ਫਕੀਰ ਲੋਕਾਂ ਨੂੰ ਬਾਬਾ ਜੀ ਵੱਲੋਂ ਕੁਛ ਸਮਾਂ ਮਿਲਿਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਆਪਣੀ ਪਾਰਟੀ ਵੱਲੋਂ, ਸਾਡੇ ਬਾਬਾ ਜੀ ਵੀਰਪਾਲ ਮਹੰਤ ਵੱਲੋਂ, ਸਾਰੇ ਨਗਰ ਦਾ, ਸਾਰੀ ਜਿੰਨੇ ਵੀ ਇਸ ਨਗਰ ਦੇ ਧੰਨ ਸਨਾਮ, ਉਹਨਾਂ ਨੂੰ ਸਾਰਿਆਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਅਸੀਂ ਆਪਣੀ ਪਾਰਟੀ ਵੱਲੋਂ। ਸਾਡੇ ਸਕੁੰਟਲੇ ਮੇਰੇ ਪਲ ਜੇ
ਹਾਂਜੀ ਬੇਟੇ ਇੱਕ ਪਰਚੀ ਚੁੱਕੋ ਇਹਦੇ ਵਿੱਚੋਂ ਛੇਵੇਂ ਇਨਾਮ ਦੇ ਲਈ ਥਰਮੋਸ਼ ਦੇ ਲਈ ਅਸੀਂ ਪਰਚੀ ਚੁਕਵਾਈ ਹੈ ਬੱਚੇ ਤੋਂ, ਦੇਖਦੇ ਹਾਂ ਕਿਹਨਾਂ ਦੇ ਇਨਾਮ ਦੀ ਇਹ ਪਰਚੀ ਹੈਗੀ ਹੈ। ਇਹ ਪਹਿਲੇ ਜਿਹੜਾ ਛੇਵੇਂ ਇਨਾਮ ਦੀ ਪਰਚੀ ਹੈ ਆਕਾਸ਼ਦੀਪ ਕੌਰ, ਪਿਤਾ ਦਾ ਨਾਮ ਹਰਦੀਪ ਸਿੰਘ ਜੀ, 1344 ਨੰਬਰ ਪਰਚੀ ਹੈ ਜੀ। ਇਸ ਬੱਚੇ ਦੇ ਲਈ ਤੁਸੀਂ ਸਾਰੇ ਜਣੇ ਇੱਕ ਵਾਰੀ ਤਾੜੀਆਂ ਲਾ ਦਿਓ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਆਕਾਸ਼ਦੀਪ ਕੌਰ, ਪਿਤਾ ਹਰਦੀਪ ਸਿੰਘ ਸਟੇਜ ਦੇ ਨੇੜੇ ਆ ਜਾਣ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਇਨਾਮ ਦਿੱਤਾ ਜਾ ਸਕੇ ਜੀ। ਅਗਲਾ ਇਨਾਮ ਜਿਹੜਾ ਹੈਗਾ ਪੰਜਵਾਂ ਇਨਾਮ ਉਹ ਕੈਂਪਰ ਦੇ ਲਈ ਹੈਗਾ ਅਤੇ ਸਾਰੇ ਜਣੇ ਆਪਣੀਆਂ ਇੱਕ ਵਾਰੀ ਪਰਚੀਆਂ ਖੋਲ੍ਹ ਲਵੋ, ਦੇਖਦੇ ਹਾਂ ਕਿੰਨਾ ਦੀ ਕਿਸਮਤ ਰੰਗ ਲਿਆਉਂਦੀ ਹੈਗੀ ਹੈ। ਬੇਟੇ ਇੱਕ ਪਰਚੀ ਹੋ ਚੁੱਕੋ, ਦੇਖੋ ਜੀ ਕਿੰਨਾ ਉਹਨੂੰ ਕੈਂਪਰ ਮਿਲਦਾ ਹੈ। ਅੱਛਾ ਜੀ, ਬੱਚੇ ਦਾ ਨਾਮ ਹੈਗਾ ਪੀਤੇ ਸੰਘੂ ਅਤੇ ਉਹਨਾਂ ਦੇ ਪਿਤਾ ਦਾ ਨਾਮ ਹੈਗਾ ਰਾਜ ਸਿੰਘ, ਪਿੰਡ ਕੋਠਾ ਗੁਰੂ ਤੋਂ ਹੀ ਹੈਗੇ ਆ ਇਹ ਅਤੇ 1546 ਪਰਚੀ ਨੰਬਰ ਹੈਗਾ। ਇਹਨਾਂ ਨੂੰ ਕੈਂਪਰ ਦਾ ਇਨਾਮ ਨਿਕਲਦਾ। ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਜੀ ਇਹਨਾਂ ਦੀ ਕਿਸਮਤ ਦੇ। ਜਿਹੜਾ ਚੌਥਾ ਨਾਮ ਹੈਗਾ ਉਹ ਪ੍ਰੈਸ ਦਾ ਹੈਗਾ ਅਤੇ ਅਸੀਂ ਪ੍ਰੈਸ ਦੇ ਲਈ ਬੱਚੇ ਨੂੰ ਕਹਾਂਗੇ ਕਿ ਇੱਕ ਪਰਚੀ ਚੁੱਕਣ, ਦੇਖਦੇ ਹੋ ਕਿਹਨਾਂ ਦੇ ਨਾਮ ਦੀ ਪਰਚੀ ਨਿਕਲਦੀ ਹੈਗੀ ਆ। ਹਾਂਜੀ, ਇਹ ਜਿਨ੍ਹਾਂ ਦੀ ਪਰਚੀ ਨਿਕਲੀ ਹੈਗੀ ਆ ਪਰਚੀ ਨੰਬਰ 1670, ਅਰਸ਼ਦੀਪ ਕੌਰ, ਪਿਤਾ ਦਾ ਨਾਮ ਹਰਬੰਸ ਸਿੰਘ, ਇਹ ਪਿੰਡ ਇਹਨਾਂ ਦਾ ਬੁਰਜ ਹੈਗਾ ਜੀ। ਇਹਨਾਂ ਦੇ ਨਾਮ 'ਤੇ ਇੱਕ ਵਾਰੀ ਜ਼ੋਰਦਾਰੀ ਤਾਂ ਦਰਦਾਰੀ ਲਾ ਦੇ ਜੀ। ਅਗਲਾ ਇਨਾਮ ਗਰੈਂਡਰ ਦਾ ਹੈਗਾ ਅਤੇ ਗਰੈਂਡਰ ਦੇ ਲਈ ਅਸੀਂ ਬੱਚੇ ਨੂੰ ਕਹਾਂਗੇ ਕਿ ਇੱਕ ਵਾਰੀ ਪਰਚੀਆਂ ਨੂੰ ਹਿਲਾ ਦਿਓ ਜੀ ਸਾਰੀਆਂ ਨੂੰ, ਕਿਸਮਤ ਉੱਪਰ ਥੱਲੇ ਕਰ ਦਿਓ, ਹੁਣ ਦੇਖਦੇ ਹਾਂ ਕਿਹਨਾਂ ਦਾ ਲੱਕੀ ਡਰਾਅ ਨਿਕਲਦਾ ਹੈ। ਹਾਂਜੀ ਬੇਟੇ ਚੱਕੋ ਇੱਕ ਪਰਚੀ। ਜਿਹੜਾ ਗਰੈਂਡਰ ਦਾ ਇਨਾਮ ਹੈਗਾ ਇਹ ਪਰਚੀ ਨੰਬਰ 771, ਸਾਰੇ ਜਣੇ ਚੈੱਕ ਕਰ ਲਓ ਪਰਚੀ ਨੰਬਰ 771, ਮਨਪ੍ਰੀਤ ਕੌਰ, ਪਿਤਾ ਦਾ ਨਾਮ ਹਰਭਜਨ ਸਿੰਘ ਅਤੇ ਇਹਨਾਂ ਦਾ ਪਿੰਡ ਦਾ ਇੱਥੇ ਵੇਰਵਾ ਨਹੀਂ ਹੈਗਾ, 98727 54 772। ਇਹ ਜਿਨ੍ਹਾਂ ਦਾ ਵੀ ਨਾਮ ਹੈਗਾ ਕਿਰਪਾ ਕਰਕੇ ਸਟੇਜ ਦੇ ਨੇੜੇ ਆ ਜਾਣ, ਕਿਉਂਕਿ ਜਿੰਨੇ ਅਸੀਂ ਨਾਮ ਕੱਢਿਆ ਹਜੇ ਤਾਂ ਕੋਈ ਵੀ ਸਟੇਜ ਦੇ ਨੇੜੇ ਨਹੀਂ ਆਇਆ ਅਤੇ ਇੱਕ ਵਾਰੀ ਜ਼ੋਰਦਾਰ ਤਾੜੀ ਲਾਓ ਜੀ ਇਹਨਾਂ ਦੇ ਨਾਮ ਦੀ। ਅਤੇ ਜਿਨ੍ਹਾਂ ਦਾ ਇਨਾਮ ਜਾਂ ਪਰਚੀ ਦੇ ਮਿਲਿਆ ਹੈਗਾ ਉਹ ਇੱਕ ਵਾਰੀ ਸਟੇਜ ਦੇ ਨੇੜੇ ਆ ਜਾਂਦੇ। ਹਾਂਜੀ, ਜਿਹੜਾ ਦੂਜਾ ਨਾਮ ਹੈਗਾ ਉਹਦੇ ਲਈ ਅਸੀਂ ਬੱਚੇ ਨੂੰ ਕਹਾਂਗੇ ਕਿ ਇੱਕ ਪਰਚੀ ਚੁੱਕੋ ਬੱਚੇ। ਹਾਂਜੀ, ਸਾਰੇ ਜਣੇ ਪਰਚੀ ਧਿਆਨ ਨਾਲ ਦੇਖੋ, 1663 ਨੰਬਰ, ਸਮਰਜੀਤ ਕੌਰ, ਰਾਜੂ ਹਲਵਾਈ, ਇਹ ਪਿੰਡ ਕਲਿਆਣਾ ਹੈਗਾ ਜੀ ਇਹਨਾਂ ਦਾ। ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਜੀ ਇਹਨਾਂ ਦੇ ਲਈ। ਇਹ ਛੋਟੀ ਪੱਕੀ ਹੈਗੀ ਆ ਇਨਾਮ ਦੇ ਵਿੱਚ, ਇਹ ਜਿੱਥੇ ਵੀ ਸਾਡੀ ਆਵਾਜ਼ ਸੁਣਦੇ ਆ ਸਟੇਜ ਦੇ ਨੇੜੇ ਆ ਜਾਓ।
ਤੇ ਸਭ ਤੋਂ ਜਿਹੜਾ ਅੱਜ ਦਾ ਮੇਨ ਇਨਾਮ ਹੈਗਾ ਲੇਡੀ ਸਾਈਕਲ ਹੈਗਾ ਜੀ। ਤੇ ਸਾਰੇ ਜਣੇ ਆਪੋ ਆਪਣੀਆਂ ਪਰਚੀਆਂ ਖੋਲ ਕੇ ਦੇਖੋ ਕਿ 10 ਰੁਪਏ ਦੇ ਵਿੱਚ ਸਾਈਕਲ ਕਿਹਨੂੰ ਮਿਲਦਾ ਹੈਗਾ ਬਾਈ। ਪਰਚੀਆਂ ਕਹਿੰਦੇ ਇੱਕ ਵਾਰੀ ਕਾਂਠਾ ਚੰਗੀ ਤਰ੍ਹਾਂ ਕਰ ਦੇ ਕਿ ਥੱਲੇ ਵਾਲਿਆਂ ਦਾ ਵੀ ਨੰਬਰ ਆ ਜਾਏ। ਲੈ ਬੇਟੇ ਧਿਆਨ ਦੇ ਨਾਲ ਅੱਛਾ ਜਿਹੜਾ ਪਹਿਲਾ ਇਨਾਮ ਹੈਗਾ ਸਾਡੇ ਬਾਈ ਹਰਜੀਤ ਸਿੰਘ ਜੀ ਉਹਦੀ ਅਨਾਊਂਸਮੈਂਟ ਕਰਨਗੇ ਕਿ ਉਹ ਕਿਹਨਾਂ ਨੂੰ ਗਿਆ ਹੈਗਾ। ਕੋਈ ਗੱਲ ਨਹੀਂ ਤੂੰ ਬੋਲ ਰਹੀ ਯਾਰ। ਹਾਂਜੀ ਅੱਛਾ ਪਰਚੀ ਨੰਬਰ ਹੈ ਜੀ ਸਾਰੇ ਜਣੇ ਧਿਆਨ ਆਪੋ ਆਪਣੀਆਂ ਪਰਚੀਆਂ ਦੇ ਉੱਪਰ ਮਾਰੋ ਜੀ ਇੱਕ ਵਾਰੀ। ਪਰਚੀ ਨੰਬਰ 1822 ਪਰਚੀ ਨੰਬਰ 1822 ਸਰਜੀਤ ਕੌਰ 8727 1600 ਇਹਨਾਂ ਦੇ ਨਾਮ 'ਤੇ ਜ਼ੋਰਦਾਰ ਤਾੜੀ ਲਾ ਲਓ ਜੀ। ਇਹਨਾਂ ਨੂੰ ਸਾਈਕਲ ਮਿਲਿਆ ਜੀ ਅਤੇ ਜਿੱਥੇ ਵੀ ਸਾਡੀ ਆਵਾਜ਼ ਸੁਣਦੇ ਆ ਸਟੇਜ 'ਤੇ ਆ ਜਾਣ ਔਰ ਉਹਨਾਂ ਨੂੰ ਅਸੀਂ ਇਹ ਜਿਹੜੇ ਹੈਗੇ ਆ ਅੱਜ ਦੇ ਲੱਕੀ ਡਰਾ ਵਿਜੇਤਾ ਉਹਨਾਂ ਨੂੰ ਇਨਾਮ ਦੇਣੇ ਹੈਗੇ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਜਿਨ੍ਹਾਂ ਨੂੰ ਇਹ ਇਨਾਮ ਨਿਕਲੇ ਹੈਗੇ ਆ ਉਹਨਾਂ ਦੇ ਇਨਾਮ 'ਤੇ ਇੱਕ ਵਾਰੀ ਸਾਰਿਆਂ ਨੇ ਜ਼ੋਰਦਾਰ ਤਾੜੀ ਲਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਛੋਟੀ ਜਿਹੀ ਪਿਆਰੀ ਬੱਚੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 6 ਲੱਕੀ ਵਿਜੇਤਾ ਚੁਣਿਆ ਜੀ। ਜਿਨ੍ਹਾਂ ਦੇ ਨਾਮ ਅਸੀਂ ਬੋਲੇ ਹਨ ਉਹ ਸਟੇਜ ਦੇ ਸੱਜੇ ਪਾਸੇ ਆ ਕੇ ਆਪਣੇ ਇਨਾਮ ਪ੍ਰਾਪਤ ਕਰ ਸਕਦੇ ਹਨ ਜੀ। ਧੰਨਵਾਦ ਜੀ।